सरकारी महकमिया नालों कितने ज़्यादा तेज है। सरकार ने जिहड़े काम करने हुंदे है वो साडा भरा बहुत तेजी नाल ते बहुत जल्दी कर दिंदा है, जिहदा नाम है गुरिंदर मंगवाल। तुहानू पता ही है कि पहला अज तो घट्टो घट्ट 3-4 साल पहला साडा एक फतेहवीर भगवानपुरा पिंड दा बोरवैल दे विच डिग्गिया सी। सरकार दीआं कोशिशां जिहड़ियां नाकामयाब रहीआं ते इस वीर ने 5वें 6वें दिन उस बच्चे नूं बाहर कढ लिआंदा सी फतेहवीर नूं, पर उदों अचानक उहदी मौत हो चुकी सी। जेकर किते इस वीर नूं पहला मौका दे दित्ता हुंदा तां अज फतेहवीर अपने परिवार दे विच हुंदा। ते आओ बाई नाल गल्लबात करदे आं। कल भी साडे भरा ने रितिक जिहड़ा एक बच्चा बोरवैल दे विच डिग्गिया सी उहदी जान तां नहीं बचा सके, पर उहदी जिहड़ी लाश है मापिआं दे सामणे लिआ के रख दित्ती, धरती दे विच डिग्गिया होइआ बच्चा वापस लिआता। ते आओ बाई नाल गल्लबात करदे आं किवें उत्थे पहुंचे ते की गल्लबात होई। बाई सति श्री अकाल। सति श्री अकाल जी। बाई जिहड़ा बच्चा मतलब डिग्गिया सी कल, उहदे बारे किवें तुहानूं जानकारी हुई ਜਾਂ ਕਿਸ ਦਾ ਫੋਨ ਆਇਆ? ਮੈਨੂੰ ਜੀ ਫੋਨ ਆਇਆ ਸੀਗਾ, ਉਹਨਾਂ ਨੇ ਆਪਣਾ ਟੀ ਸ਼ਰਟ ਵੀ ਉਹਨਾਂ ਨੇ ਦਿੱਤੀ ਹੈ ਜੀ, ਲਿਖੇ ਹੋਏ ਬਾਬਾ ਦੀਪ ਸਿੰਘ ਸੇਵਾ ਦਲ। ਹਾਂਜੀ ਬਾਬਾ ਦੀਪ ਸਿੰਘ ਸੇਵਾ ਦਲ, ਇਹਨਾਂ ਦਾ ਫੋਨ ਆਇਆ ਸੀ ਵੀ ਸਾਡੇ ਹੁਸ਼ਿਆਰਪੁਰ ਬੱਚਾ ਗਿਰ ਗਿਆ, ਵੀ ਤੂੰ ਰਹਿ ਸਕਦਾ? ਤਾਂ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਆ ਸਕਦਾ, ਕੋਈ ਐਡੀ ਗੱਲ ਨਹੀਂ ਜੀ। ਤਾਂ ਉਹਨਾਂ ਨੂੰ ਮੈਂ ਹਾਂ ਤਾਂ ਕਰਤੀ, ਪਰ ਮੈਨੂੰ ਸਾਧਨ ਦੀ ਬਹੁਤ ਵੱਡੀ ਪ੍ਰੋਬਲਮ ਸੀ। ਅੱਛਾ। ਤਾਂ ਫਿਰ ਮੈਂ ਸਾਡੇ ਉਰੇ ਹਰਿੰਦਰ ਸ਼ਰਮਾ ਜੀ ਅੰਕਲ ਨੇ ਗਏ, ਮੈਂ ਉਹਨਾਂ ਨੂੰ ਆਖਿਆ ਵੀ ਸਾਰੇ ਅੰਕਲ ਵੀ ਏਦਾਂ ਗੱਡੀ ਚਾਹੀਦੀ ਆਪਾਂ ਨੂੰ ਵੀ ਤੁਸੀਂ ਮੇਰੇ ਨਾਲ ਚੱਲੋ ਵੀ ਉੱਥੇ ਬੱਚਿਆਂ ਗਿਰ ਗਿਆ। ਤਾਂ ਕੁਛ ਉਹ ਰੇਲੀ ਜਾਣ ਕਰ ਥੱਕੇ ਹੋਏ ਸੀਗੇ ਜੀ, ਤੇ ਕੁਛ ਉਹਨਾਂ ਦਾ ਖੇਤ 'ਚ ਕੰਮ ਚੱਲ ਰਿਹਾ ਸੀਗਾ, ਮਜ਼ਬੂਰੀ ਦੀ ਉਹ ਜਾ ਨਹੀਂ ਸਕੇ। ਤਾਂ ਮੈਨੂੰ ਕਹਿੰਦੇ ਵੀ ਤੂੰ ਗੱਡੀ ਲੈ ਜਾ, ਤੇ ਨਾ ਮੈਂ ਉਹਨਾਂ ਨੂੰ ਕਹਿਣ ਜੋਗੇ ਮੈਨੂੰ ਗੱਡੀ ਆਉਂਦੀ ਨਹੀਂ ਜੀ। ਤਾਂ ਫਿਰ ਮੈਂ ਦੋਸਤਾਂ ਜੀ ਮੇਰਾ ਰਵੀ ਮੁੰਡਾ ਉਹ, ਤਾਂ ਇੱਕ ਕੁਦਰਤੀ ਮੈਂ ਇਹਦੇ ਘਰ ਮੂਰ ਦੀ ਲੰਘ ਰਿਹਾ ਸੀ, ਟਰੈਕਟਰ ਕੱਢ ਰਿਹਾ ਸੀਗਾ, ਬੋਰਡ ਵਿੱਚ ਨਹੀਂ ਜਾਣਾ ਸੀ ਇਹਨਾਂ ਨੇ। ਅੱਛਾ। ਤਾਂ ਇਹਨੂੰ ਆਖਿਆ ਵੀ ਇੱਦਾਂ ਬੱਚੇ ਕਰਿਆ ਤੂੰ ਚੱਲੇਗਾ, ਇਹਦੇ ਨਾਲ ਵੀ ਭਗ ਜਾਂਦੇ। ਤਾਂ ਫਿਰ ਉਹਨਾਂ ਨੇ ਮਤਲਬ ਗੱਡੀ ਮੇਰੇ ਜਾਂਦੇ ਤਾਂ ਗੇਟ 'ਚ ਖੜਾ ਰੱਖੀ ਸੀ ਬਾਹਲੀ ਸਾਰੀ, ਵੀ ਮੈਂ ਖੇਤ ਜਾਣਾ ਵੀ ਤੂੰ ਗੱਡੀ ਲੈ ਜਾ। ਤਾਂ ਅੱਜ ਦਾ ਟਾਈਮ ਇਹ ਜਿਹਾ ਕੋਈ ਮੰਗਿਆ ਸਾਈਕਲ ਨਹੀਂ ਹੁੰਦਾ, ਪਰ ਉਹਨਾਂ ਨੇ ਲੱਖਾਂ ਦੀ ਗੱਡੀ ਦੇ ਦਿੱਤੀ ਜੀ, ਬਿਲਕੁਲ ਨਵੀਂ ਗੱਡੀ ਆ, ਹੋਂਡਾ ਸਿਟੀ ਗੱਡੀ ਆ ਜੀ। ਤਾਂ ਫਿਰ ਅਸੀਂ ਉੱਥੇ ਚਲੇ ਗਏ ਜੀ, ਤਕਰੀਬਨ 2.5-3 ਘੰਟੇ 'ਚ ਪਹੁੰਚ ਗਏ। ਅੱਛਾ ਠੀਕ ਹੈ। ਅਤੇ ਉੱਥੇ ਜਦੋਂ ਜਾ ਕੇ ਦੇਖਦੇ ਹੋ ਬਾਈ ਕਿੰਨਾ ਟਾਈਮ ਹੋ ਗਿਆ ਸੀ ਬੱਚੇ ਨੂੰ ਮਤਲਬ ਬੋਰਡ ਦੇ ਵਿੱਚ ਡਿੱਗਿਆ ਨੂੰ? ਜਦੋਂ ਮੈਂ ਗਿਆ ਜੀ ਉਦੋਂ ਮੰਨ ਕੇ ਚੱਲੋ ਜੀ 9-5 ਘੰਟੇ ਹੋਏ ਸੀ, 5-5.5 ਘੰਟੇ ਹੋਏ ਸੀ। ਅੱਛਾ। ਅਤੇ ਤੁਸੀਂ ਬਚਾ ਨਹੀਂ ਸਕੇ ਬਾਈ, ਕੀ ਗੱਲ? ਜਾਂ ਤਾਂ ਪਹਿਲਾਂ ਮੌਕਾ ਹੀ ਨਹੀਂ ਮਿਲਿਆ ਹੈ ਨਾ, ਜਾਂ ਤੁਸੀਂ ਇਹ ਲੇਟ ਹੋ ਗਏ, ਜੇ ਮਤਲਬ ਪਹਿਲਾਂ ਫੋਨ ਆਇਆ ਹੁੰਦਾ ਤੁਸੀਂ ਪਹੁੰਚ ਕੇ ਨਾ ਬਚਾ ਸਕਦੇ ਸੀ? ਸਭ ਤੋਂ ਵੱਡਾ ਤਾਂ ਜੀ ਇੱਕ ਟਾਈਮ ਦੀ ਸੀਗਾ, ਬੱਚਾ 9 ਵਜੇ ਗਿਰਦਾ, ਮੈਨੂੰ ਮੈਸੇਜ 11:30 ਆਉਂਦਾ ਗਾ, ਤੇ ਉਸ ਤੋਂ 11:30 ਤੋਂ ਬਾਅਦ ਜੀ 3 ਘੰਟੇ ਮੇਰਾ ਉਰੋਂ ਸਫ਼ਰ ਆ, 200 ਕਿਲੋਮੀਟਰ ਸੀਗਾ ਜੀ। ਤਾਂ ਸਮਝ ਲਓ ਵੀ 5.5 ਘੰਟੇ ਇਹ ਹੋ ਗਏ, ਤਾਂ 2 ਘੰਟੇ ਮੈਨੂੰ ਉੱਥੇ ਵੇਟ ਕਰਨੀ ਪਈ। ਤਾਂ 7.5-7 ਘੰਟੇ ਹੋ ਗਏ, ਬੱਚੇ ਗਿਰੇ ਨੂੰ ਸਾਰੀ 8 ਘੰਟੇ ਹੋਏ ਸੀਗੇ ਜਦ ਤੱਕ ਕੱਢਿਆ ਗਿਆ ਗਾ। ਵੀ ਜੇ ਉਹਦੇ ਵਿੱਚੋਂ ਜੀ ਮੇਰਾ ਘੰਟਾ ਵੱਧ ਤੋਂ ਵੱਧ ਘੰਟਾ ਕੁ ਲੱਗਦਾ ਹੁੰਦਾ ਜਾਂ 5-6 ਘੰਟੇ ਮੇਰੇ ਵੱਸਦੇ ਹੁੰਦੇ, ਤਾਂ ਵੀ ਸਰ ਬੱਚਾ ਆਪਾਂ ਬਚਾ ਲੈਂਦੇ। ਹਾਂ ਬਚਾ ਲੈਂਦੇ। ਕੱਢਣ ਦਾ ਕੀ ਤਰੀਕਾ ਬਾਈ, ਜਿਵੇਂ ਕਿ ਸਰਕਾਰਾਂ ਸਾਡੀਆਂ ਫੇਲ ਹੋ ਚੁੱਕੀਆਂ ਨੇ ਹੈ ਨਾ, ਅਤੇ ਪਹਿਲਾਂ ਫਤਿਹਵੀਰ ਵੇਲੇ ਵੀ ਆਪਾਂ ਦੇਖਿਆ 6ਵੇਂ ਦਿਨ ਜਾ ਕੇ ਫਤਿਹਵੀਰ, ਉਹ ਵੀ ਤੁਸੀਂ ਇਹ ਕੱਢਿਆ ਸੀ, ਜੇਕਰ ਪਹਿਲਾਂ ਤੁਹਾਨੂੰ ਮੌਕਾ ਦੇ ਦਿੰਦੇ ਤਾਂ ਫਤਿਹਵੀਰ ਆਪਣੇ ਮਾਪਿਆਂ ਦੇ ਨਾਲ ਹੁੰਦਾ। ਨਾਲ ਹੁੰਦਾ। ਅਤੇ ਜੇਕਰ ਕਿਰਪਾ ਹੁੰਦੀ ਵਾਹਿਗੁਰੂ ਦੀ ਰਿਤਕ ਵੀ ਆਪਣੇ ਮਾਪਿਆਂ 'ਚ ਹੁੰਦਾ, ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਨਾ, ਪਹਿਲਾਂ ਹੀ ਤੁਹਾਨੂੰ ਫੋਨ ਕਰਨਾ। ਕੱਢਣ ਦਾ ਕੀ ਤਰੀਕਾ ਰਿਹਾ ਜਿਹੜੀਆਂ ਅੱਜ ਤੱਕ ਸਰਕਾਰਾਂ ਨਹੀਂ ਅਪਣਾ ਸਕੀਆਂ ਹੈ ਨਾ, ਸਰਕਾਰਾਂ ਕੋਈ ਇੱਦਾਂ ਦਾ ਰੂਲ ਹੀ ਨਹੀਂ ਪੈਦਾ ਕਰ ਸਕੀ, ਕੋਈ ਮਸ਼ੀਨਰੀ ਨਹੀਂ ਬਣਾ ਸਕੀਆਂ ਵੀ ਅਸੀਂ ਬੋਰਵੈਲ ਦੇ ਵਿੱਚੋਂ ਬੱਚਿਆਂ ਨੂੰ ਕੱਢ ਲਈਏ, ਤੁਸੀਂ ਕਿਹੜੇ ਤਰੀਕੇ ਨਾਲ ਬਾਈ ਕੱਢ ਲੈਂਦੇ ਹੋ? ਤਰੀਕਾ ਤਾਂ ਜੀ ਬਸ ਇਹੀ ਹੈਗਾ ਵੀ ਜਦੋਂ ਜਾ ਕੇ ਅਸੀਂ ਦੇਖ ਰਹੇ ਹਾਂ ਬੱਚੇ ਨੂੰ ਵੀ ਕਿਸ ਤਰ੍ਹਾਂ ਗਿਰਿਆ ਹੋਇਆ ਜਾਂ ਉਹਦਾ ਅੰਗ ਪੈਰ ਕਿਹੜਾ ਬਾਹਰ ਹੈਗਾ, ਕਿਵੇਂ ਕੀ ਫੜੀ ਉਹਦਾ, ਬਸ ਫਿਰ ਜਾ ਕੇ ਉੱਥੇ ਔਜ਼ਾਰ ਤਿਆਰ ਕਰ ਲੈਂਦੇ ਹਾਂ ਜੀ। ਤਾਂ ਕਿਉਂ ਮੈਂ ਪਹਿਲਾਂ ਕੋਈ ਉਰੇ ਘਰੇ ਦਾ ਕੋਈ ਮੈਂ ਤਿਆਰ ਕਰਕੇ ਰੱਖਦਾ ਨਹੀਂ ਹੈਗਾ। ਅੱਛਾ, ਮੌਕੇ ਦੀ ਕਰਦੇ ਹਾਂ? ਹਾਂ ਜੀ, ਆਪਾਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਕੱਲ੍ਹ ਨੂੰ ਕਿਸੇ ਦਾ ਇਹ ਜਿਹਾ ਬੱਚਾ ਹੋਵੇ ਸਭ ਤੋਂ ਵਧੀਆ। ਬਿਲਕੁਲ। ਪਰ ਜੇ ਮੈਂ ਕੁਛ ਤਿਆਰ ਕਰਕੇ ਰੱਖਦਾ ਤਾਂ ਮੇਰੇ ਲਈ ਵੀ ਉਹ ਇੱਕ ਗਲਤ ਗੱਲ ਹੈਗੀ, ਕਿਉਂ ਜਿਸ ਤਰ੍ਹਾਂ ਅਗਲਾ ਕਹਿੰਦਾ ਪਤਾ ਨਹੀਂ ਇਹੀ ਕੰਮ ਭਾਲਦਾ। ਹਾਂ ਕੰਮ ਭਾਲਦਾ ਜੀ। ਤਾਂ ਨਾ ਹੀ ਮੈਂ ਕਿਤੇ ਘਰੇ ਬਣਾਇਆ ਜੀ, ਨਾ ਜਿਹੜਾ ਉੱਥੇ ਬਣਾਇਆ ਹੈਗਾ ਬੋਰਤੀ ਉਹ ਘਰੇ ਲੈ ਕੇ ਆਇਆ ਜੀ। ਅੱਛਾ ਅੱਛਾ, ਉੱਥੇ ਤਿਆਰ ਕਰਕੇ ਉੱਥੇ ਮਤਲਬ ਬੱਚੇ ਸਿੱਟ ਕੇ ਆ ਜਾਣਾ ਜੀ, ਮੈਂ ਲੈ ਕੇ ਨਹੀਂ ਆਉਂਦਾ। ਕਿਵੇਂ ਕੋਈ ਔਜ਼ਾਰ ਕਿਵੇਂ ਦਾ ਤਿਆਰ ਕਰਦੇ ਹੋ ਬਾਈ? ਔਜ਼ਾਰ ਤਾਂ ਜਿਸ ਤਰ੍ਹਾਂ ਹੁਣ ਹੱਥ ਫੜਨੇ ਸੀ ਕੜਾ ਤਿਆਰ ਕਰਨਾ ਪੈਂਦਾ ਜੀ। ਅੱਛਾ। ਹਾਂਜੀ, ਅਲੱਗ ਅਲੱਗ ਨਹੀਂ ਕਿਵੇਂ ਗਿਰਦਾ ਜੀ ਬੱਚਾ ਉਸ ਹਿਸਾਬ ਨਾਲ ਚੀਜ਼। ਅੱਛਾ, ਕੜਾ ਤਿਆਰ ਕਰਕੇ ਉਹਦੀ ਬਾਂਹ ਦੇ ਵਿੱਚ ਪਾ ਕੇ ਮਤਲਬ ਖਿੱਚ ਲੈਂਦੇ ਹੋ? ਕਿਉਂ ਇਹਦਾ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ, 10-15 ਮਿੰਟ ਹੱਦ ਲੱਗਦੇ ਨੇ ਕੋਈ ਵੀ ਚੀਜ਼ ਬਣਾਉਂਦੇ ਆਪਾਂ, ਬਸ ਇੰਨਾ।
ਉਹ ਜਦੋਂ ਕੜਾ ਜਾਂ ਕੋਈ ਔਜ਼ਾਰ ਤਿਆਰ ਕਰਦੇ ਹੋ ਬਾਈ ਉਹਨੂੰ ਫਿਰ ਦੇਖ ਕੇ ਕਿਵੇਂ ਮਤਲਬ ਵਿੱਚੋਂ ਇੱਕ ਪਹਿਲੀ ਵਾਰ 'ਚ ਖਿੱਚ ਲਿਆਉਂਦੇ ਹੋ ਜਦੋਂ ਨੀਚੇ ਤੁਸੀਂ ਦੱਸਿਆ ਸੀ ਵੀ ਇੱਕ ਤਰ੍ਹਾਂ ਇਸ ਪਰਮਾਤਮਾ ਦੀ ਕਿਰਪਾ ਹੀ ਮੰਨੋ ਜੀ ਵੀ ਉਹਨਾਂ ਨੇ ਹੱਥ ਦਾ ਰੱਖਿਆ ਸਿਰ ਤੇ ਵਰਦਾਨ ਜਿਹੜਾ ਅੱਜ ਤੱਕ ਮੈਂ ਮਤਲਬ ਜਿਸ ਤਰ੍ਹਾਂ ਫਤਿਹ ਵੀ ਟਾਈਮ ਕੁੰਡੀ ਬਣਾਈ ਸੀ ਜੀ ਫਸਟ ਟਾਈਮ ਹੀ ਜਾ ਕੇ ਲੱਗੀ ਸੀ ਜੀ ਉਹ ਪਹਿਲੀ ਵਾਰ ਤੁਸੀਂ ਕੱਢ ਲਏ ਸੀ ਤੇ ਉਰੇ ਥੋੜ੍ਹਾ ਜਿਹਾ ਆਈ ਸੀ ਪਰ ਲੱਗ ਪਹਿਲੀ ਵਾਰ ਹੀ ਗਿਆ ਸੀ ਇਹ ਆਪਣਾ ਰਿਤਕ ਦੇ ਬੱਚੇ ਦੇ ਉੱਤੇ ਪਰ ਉਹ NDRF ਟਾਈਮ ਦੀ ਟੀਮ ਦੀ ਜਿਹੜੀ ਜੀ ਉਹਨਾਂ ਨੇ ਗੱਠ ਥੋੜ੍ਹੀ ਕੱਚੀ ਕਰਤੀ ਜੀ ਉਹ ਜਦੋਂ ਬੱਚਾ ਚੱਕਣ ਲੱਗੇ ਉਹ ਖੁੱਲ੍ਹ ਗਈ ਉਹਦੇ ਕਰਕੇ ਥੋੜ੍ਹਾ ਟਾਈਮ ਵੱਧ ਲੱਗ ਗਿਆ ਅਤੇ ਇੱਕ ਬੋਰ 'ਚ ਥੋੜ੍ਹਾ ਜਿਹਾ ਫਰਕ ਸੀਗਾ 30 ਤੋਂ 40 ਫੁੱਟ ਉੱਪਰ ਆ ਕੇ ਬੱਚਾ ਫਸਦਾ ਸੀਗਾ ਅੱਛਾ ਤਾਂ ਤਕਰੀਬਨ ਮੇਰਾ ਵੀ ਉਹ ਜਗ੍ਹਾ 'ਚ ਆ ਕੇ 1.5 ਘੰਟੇ ਤੋਂ 1.25 ਘੰਟਾ ਖਰਾਬ ਹੋ ਗਿਆ ਜੇ ਪੂਰਾ ਪ੍ਰੋਸੈਸ ਦੇਖੀਏ ਤਾਂ ਮੈਂ ਕਹਿੰਦਾ 10 ਜਾਂ 8 ਮਿੰਟ ਦੀ ਕੰਮ ਸੀਗਾ ਜੀ ਅੱਛਾ ਵੀ ਇੱਕ 80 ਫੁੱਟ ਪੈਪ ਪਾਉਣਾ ਤੇ ਕੱਢਣਾ ਬਸ ਸਿਰਫ ਇੰਨਾ ਕੰਮ ਦੀ ਕੱਲ ਤੁਸੀਂ ਬਾਈ ਇੱਥੋਂ ਗਏ ਹੋ ਹਨਾ ਹਾਂਜੀ ਤੇ ਹੋਂਡਾ ਸਿਟੀ ਗੱਡੀ ਕਾਫੀ ਤੇਜ਼ ਲੈ ਕੇ ਗਏ ਹੋ ਘਟਨਾ ਵੀ ਕੋਈ ਵਾਪਰ ਸਕਦੀ ਸੀ ਹਨਾ ਰਿਸਕ ਲੈ ਕੇ ਤੇ ਤੁਹਾਡੀ ਬੱਚੀ ਦਾ ਵੀ ਜਨਮ ਦਿਨ ਸੀ ਬਾਈ ਕੱਲ ਹਾਂਜੀ ਕੱਲ ਤੇ ਉਹ ਤੁਸੀਂ ਛੱਡ ਕੇ ਗਏ ਹੋ ਹਾਂਜੀ ਤੇ ਪਹਿਲਾਂ ਤਾਂ ਸਾਡੀ ਬਾਈ ਲੱਖਾ ਸਦਾਨਾ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਇੱਦਾਂ ਦੇ ਉਪਰਾਲੇ ਕਰਦੇ ਹੋ ਤੇ ਬਾਈ ਆਮਦਨ ਦਾ ਕੀ ਸਾਧਨ ਹੈ ਤੁਹਾਡੇ ਆਮਦਨ ਤਾਂ ਬਸ ਮੇਰਾ ਮੋਟਰਾਂ ਕੱਢਣ ਪਾਉਣ ਦੀ ਕੰਮ ਆ ਜੀ ਜੋ ਫਸਲਾਂ ਗਿਰੀ ਹੁੰਦੀਆਂ ਨੇ ਤਾਂ ਉਹ ਕਰ ਲੈਂਦੇ ਹਾਂ ਅੱਛਾ ਇਕੱਲੇ ਭਰਾ ਹੀ ਹੋ ਨਹੀਂ ਦੋ ਭਰਾ ਜੀ ਉਹ ਅਲੱਗ ਕੰਮ ਕਰਦਾ ਜੀ ਮੰਮੀ ਡੈਡੀ ਮੇਰੇ ਨਾਲ ਨੇ ਡੈਡੀ ਮੇਰੇ ਚੌਕੀਦਾਰਾ ਕਰਦੇ ਨੇ ਅੱਛਾ ਤੇ ਕਿੰਨੀ ਆਮਦਨ ਹੋ ਜਾਂਦੀ ਹੈ ਬਾਈ ਮੋਟਰਾਂ ਕਿੰਨੀਆਂ ਕੱਢ ਦਿੰਦੇ ਹੋ ਇੱਕ ਦਿਨ 'ਚ ਆਮਦਨ ਹੁਣ ਅੱਜ ਦਾ ਜੀ 3-4 ਦਿਨ ਹੋ ਗਏ ਵਿਹਲੀ ਰਹੇ ਹਾਂ ਜੀ ਉੱਥੇ ਕੋਈ ਵੀ ਉਹਨਾਂ ਦਾ ਮਹਿਕਮੇ ਵਾਲੇ ਹੁੰਦੇ ਉਹ ਲਵੇ ਨਹੀਂ ਲੱਗਣ ਦਿੰਦੇ ਪਹਿਲਾਂ ਤਾਂ ਕਈ ਵਾਰੀ ਇਹ ਵੀ ਲਿਖ ਕੇ ਲੈਂਦੇ ਆ ਕੋਈ ਇੱਕ ਬੰਦਾ ਕੱਲ੍ਹ ਮੈਂ ਦੇਖ ਰਿਹਾ ਸੀ ਉਹਨੂੰ ਕਹਿੰਦੇ ਵੀ ਲਿਖ ਕੇ ਤੇ ਜ਼ਿੰਮੇਵਾਰੀ ਦੇ ਹੈ ਨਾ ਜਦੋਂ ਤੁਸੀਂ ਸਰਕਾਰੀ ਨੌਕਰੀ 'ਤੇ ਹੋਵੋਗੇ ਤਾਂ ਮਤਲਬ ਤੁਹਾਨੂੰ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ 'ਤੇ ਤੁਹਾਨੂੰ ਕੰਮ ਮਿਲੂਗਾ ਹਾਂਜੀ ਹੈ ਨਾ ਜਿਹਦੇ ਨਾਲ ਤੁਸੀਂ ਮਤਲਬ ਲੋਕਾਂ ਦੇ ਬੱਚੇ ਬਚਾ ਸਕਦੇ ਵੈਸੇ ਤਾਂ ਇਹ ਘਟਨਾ ਨਾ ਹੀ ਵਾਪਰੇ ਬਾਈ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਹਾਂਜੀ ਅਤੇ ਰੁਜ਼ਗਾਰ ਦਾ ਕਮਾਈ ਦਾ ਸਾਧਨ ਵੀ ਤੁਹਾਡੇ ਕੋਲ ਬਹੁਤ ਘੱਟ ਹੈ ਹੈ ਨਾ ਫਿਰ ਵੀ ਪਰ ਲੋਕਾਂ ਦੀ ਸੇਵਾ ਕਰ ਰਹੇ ਹੋ ਹੈ ਨਾ ਜਾਣ ਲਈ ਬਿਲਕੁਲ ਤਿਆਰ ਹੋ ਅਤੇ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਤੂੰ ਇਹ ਨੀਤੀ 'ਤੇ ਚੱਲਿਆ ਹੈ ਅਤੇ ਅਸੀਂ ਬਾਈ ਸਰਕਾਰ ਅੱਗੇ ਬੇਨਤੀ ਕਰਦਾ ਅਤੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਨੂੰ ਕਿ ਇਹ ਉਹ ਇਨਸਾਨ ਹੈ ਜਿਹੜਾ ਕਿ ਤੁਹਾਡੀ ਪਾਰਟੀ ਨੂੰ 2013 ਤੋਂ ਲੈ ਕੇ ਮਤਲਬ ਨਾਲ ਲੱਗਿਆ ਹੋਇਆ ਤੁਹਾਡੀ ਪਾਰਟੀ ਸਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਇਨਸਾਨਾਂ ਦੇ ਮਤਲਬ ਪੈਰੋਂ ਖੜੀ ਹੋਈ ਹੈ ਅਤੇ ਤੁਹਾਨੂੰ ਇਹ ਬੇਨਤੀ ਹੈ ਕਿ ਮਾਨ ਸਾਹਿਬ ਇਹਨਾਂ ਦੇ ਕੰਮ ਨੂੰ ਦੇਖ ਕੇ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਕੰਮ ਵੀ ਕੋਈ ਇੱਦਾਂ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਜਿਹੜੇ ਬੱਚੇ ਅਸਲ ਤਾਂ ਇੱਦਾਂ ਦੀ ਘਟਨਾ ਵਾਹਿਗੁਰੂ ਕਰੇ ਨਾ ਵਾਪਰੇ ਪਰ ਜੇਕਰ ਵਾਪਰ ਜਾਂਦੀ ਹੈ ਤਾਂ ਜੇ ਕਿਸੇ ਦਾ ਜਵਾਕ ਦੀ ਆਪਾਂ ਜਾਨ ਬਚਾ ਲਾਂਗੇ ਉਹਦੇ ਵਰਗਾ ਕੋਈ ਵੱਡਾ ਪੁੰਨ ਵੀ ਨਹੀਂ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਨੂੰ ਕੋਈ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਇਹ ਭਰਾ ਨਾਲ ਤਾਂ ਆਪਣੀ ਆਮਦਨ ਦਾ ਕੋਈ ਸਾਧਨ ਹੋ ਜਾਵੇ ਅਤੇ ਨਾਲੇ ਲੋਕਾਂ ਦੇ ਬੱਚੇ ਬਚਾ ਸਕੇ ਇਹ ਮੈਂ ਤੁਹਾਨੂੰ ਘਰ ਦਿਖਾਉਣਾ ਇਸ ਭਰਾ ਦਾ ਬਿਲਕੁਲ ਹੀ ਮਤਲਬ ਛੋਟਾ ਜਿਹਾ ਘਰ ਹੈ ਪਰ ਜਿਹੜੇ ਬਾਈ ਦੀ ਸੋਚ ਹੈ ਉਹ ਬਹੁਤ ਵੱਡੀ ਹੈ ਸਰਕਾਰਾਂ ਤੋਂ ਵੀ ਵੱਡੀ ਹੈ ਜਿੱਥੇ ਸਰਕਾਰਾਂ ਦੇ ਮਹਿਕਮੇ ਜਾਂ ਸਰਕਾਰਾਂ ਦੀ ਸੋਚ ਨਹੀਂ ਕੰਮ ਕਰਦੀ ਉੱਥੇ ਇਹ ਭਰਾ ਦੀ ਸੋਚ ਕੰਮ ਕਰਦੀ ਹੈ ਅਤੇ ਬੱਚਿਆਂ ਨੂੰ ਇਹ ਬਾਹਰ ਕੱਢ ਲਿਆਉਂਦਾ ਬੋਰਵੈਲ ਦੇ ਵਿੱਚੋਂ ਡਿੱਗੇ ਹੋਏ ਹਨ ਅਤੇ ਸਰਕਾਰ ਨੂੰ ਵੀ ਬੇਨਤੀ ਹੈ ਅਤੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਇਸ ਭਰਾ ਦਾ ਬਾਈ ਆਪਾਂ ਸਾਥ ਦੇਈਏ ਇਸ ਦਾ ਹੌਂਸਲਾ ਵਧਾਈਏ ਅਤੇ ਸਰਕਾਰ ਮਾਨ ਸਾਹਿਬ ਦੀ ਹੈ ਆਮ ਲੋਕਾਂ ਦੀ ਸਰਕਾਰ ਹੈ ਬੜੀਆਂ ਆਸਾਂ ਨੇ ਭਗਵੰਤ ਮਾਨ ਸਾਹਿਬ ਤੋਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਾਨ ਸਾਹਿਬ ਇੱਕ ਆਸ ਇਹ ਭਰਾ ਵੀ ਲਈ ਬੈਠਾ ਅਤੇ ਅਸੀਂ ਵੀ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਇਸ ਭਰਾ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਇੱਦਾਂ ਦਾ ਮਹਿਕਮਾ ਸਮਾਇਆ ਜਾਵੇ ਜਿਸ ਨਾਲ ਇਹ ਜਿਹੜੇ ਸਾਡੇ ਬੱਚੇ ਨੇ ਬੋਰਵੈਲਾਂ ਵਿੱਚ ਗਿਰਦੇ ਹੈ ਜਾਂ ਕਿਤੇ ਹੋਰ ਵੀ ਕੋਈ ਘਟਨਾ ਵਾਪਰਦੀ ਹੈ ਜਿਸ ਨਾਲ ਇਹ ਭਰਾ ਜਿਹੜਾ ਵੀ ਕੰਮ ਜਾਣਦਾ ਜਿਹੜੇ ਵੀ ਤਰੀਕੇ ਦਾ ਇਹ ਕੰਮ ਜਾਣਦਾ ਉੱਥੇ ਇਸ ਭਰਾ ਨੂੰ ਸਰਕਾਰ ਦੇ ਵਿੱਚ ਕੋਈ ਸਰਕਾਰੀ ਨੌਕਰੀ ਦੇ ਕੇ ਨਵਾਜਿਆ ਜਾਵੇ ਨਾਲੇ ਇਸ ਭਰਾ ਦਾ ਹੌਂਸਲਾ ਵਧੇ ਅਤੇ ਨਾਲੇ ਸਾਡੇ ਬੱਚੇ ਵੱਧ ਸਕਣ ਅਤੇ ਬਾਈ ਬੱਚੇ ਹੈ ਤੇਰੇ ਕੋਲ ਹਾਂਜੀ ਮੇਰੇ ਇਕੱਲੀ ਗੁੜੀਆ ਦੋ ਸਾਲ ਦੀ ਹੈ ਅਤੇ ਇਹ ਸੀ ਬਾਈ ਗੁਰਿੰਦਰ ਪਿੰਡ ਮੰਗਵਾਲ ਦਾ ਅਤੇ ਅਸੀਂ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ
ਤੇ ਜਦੋਂ ਵੀ ਪਤਾ ਲੱਗਿਆ ਕਿ ਇਹ ਮਗਵਾਲ ਪਿੰਡ ਦਾ ਮੇਰੇ ਜ਼ਿਲ੍ਹੇ ਦਾ ਤਾਂ ਬਾਈ ਲੱਖੇ ਸਿਧਾਂਤ